ਬੱਲੇ ਬੱਲੇ ਮੱਲੋਆ ਦੇਖੋ ਤੁਸੀਂ, ਇਕੱਠ ਦੇਖੋ ਤੁਸੀਂ, ਅੱਲੂ ਅਰਜਨ ਇਹ ਆਂਧਰਾ ਦੇ ਵਿੱਚ ਆ ਉਹਦੇ ਦੋਸਤ ਕੋਲ ਆਇਆ, ਚੋਣ ਪ੍ਰਚਾਰ ਦਾ ਹਿੱਸਾ ਸੀ, ਕਾਂਗਰਸ ਦਾ ਉਮੀਦਵਾਰ ਆ ਇਹਦਾ ਦੋਸਤ, ਔਰ ਆਂਧਰਾ ਦੇ ਵਿੱਚ ਇੰਨਾ ਇਕੱਠ ਹੋ ਗਿਆ ਕਿ ਸੜਕਾਂ ਜਾਮ ਹੋ ਗਈਆਂ। ਠੀਕ ਆ, ਵਿਰੋਧੀ ਪਾਰਟੀਆਂ ਨੇ ਪੁਲਿਸ ਦੀ ਕਾਰਵਾਈ ਕਰਾਈ ਕਿ ਜੀ ਰੋਡ ਜਾਮ ਕਰਾ ਦੇ। ਔਰ ਇਹ ਹੁੰਦਾ ਸਟਾਰਡਮ, ਇਹ ਹੁੰਦੇ ਆ ਸਟਾਰ ਕਲਾਕਾਰ ਜਿਹੜੇ ਬੋਲੀਵੁੱਡ ਵਾਲਿਆਂ ਵਾਂਗੂ ਵਿਕੇ ਵੀ ਨਹੀਂ ਹੁੰਦੇ ਗੇ, ਆਪਦੇ ਆਕਾਂ ਨੂੰ ਖੁਸ਼ ਕਰਨ ਲਈ ਪਲੈਨਡ ਫਿਲਮਾਂ ਨਹੀਂ ਬਣਾਉਂਦੇ ਗੇ, ਇਹ ਹੁੰਦੇ ਆ ਅਸਲੀ ਹੀਰੋ। ਤੁਸੀਂ ਦੇਖੋ ਇਹਨਾਂ ਦਾ ਫੈਨ ਬੇਸ ਕਿੱਡਾ ਵੱਡਾ ਹੈ, ਐਵੇਂ ਕਹਿ ਦਿੰਦਾ ਜੀ ਫਲਾਨਾ ਸਟਾਰ ਧਮਕਾ ਸਟਾਰ ਆ। ਦੇਖੋ ਤੁਸੀਂ ਅੱਲੂ ਅਰਜਨ ਦਾ ਜਿਹੜਾ ਫੈਨ ਬੇਸ ਕਿੱਡਾ ਵੱਡਾ ਹੈ, ਅੱਲੂ ਅਰਜਨ ਦੇ ਫੈਨ ਤੁਸੀਂ ਦੇਖੋ। ਸਿਰਫ ਲੋਕਾਂ ਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਇੱਥੇ ਆਇਆ ਹੋਇਆ ਹੈ, ਤਾਂ ਉਹਦਾ ਦੋਸਤ ਜਿਹੜਾ ਚੋਣ ਲੜ ਰਿਹਾ ਸੀਗਾ ਤਾਂ ਉਹਦੇ ਲਈ ਉਹ ਆਇਆ ਸੀ, ਆਪਦੇ ਦੋਸਤ ਦਾ ਹੱਥ ਫੜ ਕੇ ਉਹਨੇ ਉੱਤੋਂ ਸਾਰਿਆਂ ਨੂੰ ਵਿਖਾਇਆ ਕਿ ਇਹ ਮੇਰਾ ਦੋਸਤ ਆ। ਤਾਂ ਵਿਰੋਧੀ ਪਾਰਟੀ ਨੂੰ ਬਈ ਪਤੀੜਾਂ ਪੈ ਗਈਆਂ ਵੀ ਕਰੀਏ ਤਾਂ ਕਰੀਏ ਕੀ, ਬਹਾਨੇ ਨਾਲ ਪੁਲਿਸ ਤੋਂ ਤਾਂ ਐੱਫ ਆਈ ਆਰ ਕਰੀ ਗਈ ਕਿ ਸੜਕਾਂ ਜਾਮ ਹੋ ਗਈਆਂ ਤੇਰੇ ਕਰਕੇ, ਜੇ ਹੋ ਗਿਆ ਵੋ ਹੋ ਗਿਆ, ਡਰਾਉਣ ਦੀ ਕੋਸ਼ਿਸ਼ ਜਿਵੇਂ ਸਾਰਿਆਂ ਨਾਲ ਕੀਤੀ ਜਾਂਦੀ ਆ, ਜਿਵੇਂ ਡਰ ਕੇ ਕਈ ਬਣ ਜਾਂਦੇ ਆ ਲੱਲੂ ਅਤੇ ਉਹਦੇ ਹਿਸਾਬ ਨਾਲ ਚੱਲਦੇ ਆ। ਤੁਸੀਂ ਦੇਖੋ ਬੰਦੇ ਦਾ ਦਮ ਅਤੇ ਦੇਖੋ ਹਰਾ ਕੇ ਧਰਤਾ ਵਿਰੋਧੀ ਪਾਰਟੀ ਵਾਲਿਆਂ ਨੂੰ, ਇਹ ਬੰਦੇ ਦੇ ਇਕੱਠ ਨੇ। ਠੀਕ ਆ ਜੀ, ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ।